पंजाब सरकार वालों सूबे विच लगातार फैल रहे कोरोना वायरस के हमलों के मद्देनज़र एक अहम फैसला लेंदे शनिवार एतवार मुकम्मल बंद के नाल गैर जरूरी समान की दुकाना आड़ अते इवेंट के फार्मूले ते खोलन का फैसला लिया है, जिसके तहत लुधियाना विच बीते दिन दुकाना ते नंबर भी लाए गए ने। अज इवेंट नंबर दी दुकाना लुधियाना विच खुलियां हन, जिसनूं लैके दुकानदारां ने एतराज़ जताया है अते कहा है कि इस तों चंगा तां 15 दिन लई पक्का ही लॉकडाउन लगा देंदे। दुकानदारां ने कहा कि सरकार दा इह फैसला सही नहीं है। उन्हां कहा कि इस नाल दुकानदार परेशान हो इस तो चंगा तो 15 दिन लई पक्का बंद कर देना चाहिए सी। उन्होंने कहा कि सरकार ने शराब दे ठेके खुले रखने का फैसला लिया है, जदों कि दुकानां बंद कर दी हैं। उन्होंने कहा कि शराब ज्यादा जरूरी है। उन्होंने कहा कि दुकानदारों वालों सरकार नूं सारे बिजली के बिल टैक्स आदि दिए गए हैं। उधर दुकान से काम करने वाले ने कहा कि उन्होंने रोजाना के हिसाब से पैसे मिलते हैं और महीने में हुण 10 दिन भी दुकाना नहीं खुलनगिया। कोविड-19 महामारी बीमारी है, सब समझते हैं। अभी पहले भी 3 महीने दुकानां बंद रखी अपनी। असं प्रशासन को कहने कि यह बंद कराना तो तुम सब कुछ बंद करवाओ। फैक्ट्रिया में कोई मजदूर ना कोई करोना नहीं होएगा कि दुकानदार जिन्हों को 10 लाख दिहाड़ी नहीं आते हैं उन्होंने करोना हो जाएगा। आम बंदा गरीब परिवार किराया कितों कटेगा, कितों रोटी खाएगा, मैंने पता जो कितों ई एम आई किसान देगा, कितों बिल 10-15 बंदा बिल आ रहे हैं बैठिया से। कोई तुम आप आके देखो, सरकार कैप्टन आके आप देख ले आके इतने किन्ने गाहक इतने आ रहे हैं। फैक्ट्रियां बंद कराओ जितों करोना होंदा पे है, सबको बंद कराओ, ठेके शराब बंद कराओ, सबको बंद कराओ। अभी एग्री हाँ, अभी 10 दुकान एग्री फिर एग्री हैं, लेकिन किसी ने धक्का ना करो। अपने जिहड़ा समाज छोटा है ना, धक्का ना करो। दुकानदार छोटे बहुत छोटे हैं, ना धक्का करो। यह मतलब यह नहीं कि तुम फैक्ट्रियां ना तुम साथ दे रहे हो तो दुकानदार साथ नहीं दे रहे। साड़ी सरकार तो हाथ जोड़ के बेनती है कि सारा कानून एक हो, सब नू एक तरीके से समझा जाए। ਜੈ ਹਿੰਦ ਜੈ ਭਾਰਤ। ਦੁਕਾਨਾਂ ਕਿੱਥੇ ਹੈਗੀਆਂ ਨੇ ਤੇ ਤੁਹਾਨੂੰ ਕਿਹੜੇ ਥਾਣੇ ਵਾਲੇ ਆ ਕੇ? ਸਾਨੂੰ ਸਾਡੀ ਦੁਕਾਨਾਂ ਐਕਚੁਅਲੀ ਭਾਜੀ ਇਹ ਵੈਸੇ ਵੀ ਨਾ ਸਾਡੇ 'ਚ ਇੱਕ ਦੋ ਹਿੱਸੇ ਬਣ ਜਾਂਦੇ ਆ, ਜਿਵੇਂ ਇੰਡੀਆ ਪਾਕਿਸਤਾਨ ਹੈ ਨਾ, ਇੱਕ ਸਾਨੂੰ ਪੈਂਦਾ ਜੀ ਸਤਨਾ ਬਿਠਾਉਣਾ, ਇੱਕ ਪੈਂਦਾ ਸਾਨੂੰ ਜਮਾਲ ਬਿਠਾਉਣਾ। ਜਮਾਲਪੁਰ ਵਾਲੇ ਕੁਛ ਕਹਿ ਦਿੰਦੇ ਆ, ਸਤਨਾ ਵਾਲੇ ਕੁਛ ਕਹਿੰਦੇ ਆ। ਅੱਜ ਸਭ ਕਹਿੰਦੇ ਆ ਜੀ ਜਿਵੇਂ ਸ਼ਹਿਰ 'ਚ ਨੰਬਰ ਲੱਗ ਰਹੇ ਆ, ਆਡੀਓ ਹੁਣ ਕਰ ਰਹੇ ਆ, ਇੱਧਰ ਕਹਿ ਰਹੇ ਆ ਜੀ ਸੱਜੇ ਬੰਦ ਕਰੋ ਖੱਬੇ ਖੁੱਲਣਗੀਆਂ। ਮਤਲਬ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਪੂਰੀ ਮਾਰਕੀਟ ਹੈ ਲੈਫਟ ਸਾਈਡ ਦੀ, ਉਹ ਸਾਰੀ ਬੰਦ ਕਰੋ, ਜਿਹਦੇ ਵਿੱਚ ਮੈਡੀਕਲ ਅਤੇ ਕਰਿਆਨਾ ਅਤੇ ਸਬਜ਼ੀ ਡੇਰੀ ਛੱਡ ਕੇ ਬਾਕੀ ਸਭ ਕੁਝ ਬੰਦ ਕਰ ਦਿਓ। ਅਤੇ ਹੁਣ ਤੁਹਾਡੀ ਮੰਗ ਕੀ ਹੈ ਕਿ 2 ਦਿਨ ਦੁਕਾਨਾਂ ਆਲਰੇਡੀ ਪਹਿਲਾਂ ਬੰਦ ਸ਼ਨੀ ਐਤਵਾਰ ਤਾਂ ਬੰਦ ਹੈ ਜੀ, ਹਫ਼ਤੇ 3 ਦਿਨ ਖੁੱਲ੍ਹਣੇ 2 ਦਿਨ ਖੁੱਲ੍ਹਣਗੀਆਂ। ਬੰਦਾ ਕਿੱਥੇ ਜਾਊਗਾ ਮੈਨੂੰ ਸਾਨੂੰ ਇਹ ਦੱਸ ਦਿਓ, ਕਿੱਥੋਂ ਕਿਸ਼ਤਾਂ ਦੂਗਾ, ਕਿੱਥੋਂ ਸੇਲ ਕਰੂਗਾ, ਕਿੱਥੋਂ ਰੋਟੀ ਖਾਊਗਾ ਆਪਣੀ। ਤੁਹਾਡੀ ਮੰਗ ਕੀ ਹੈਗੀ? ਸਾਡੀ ਮੰਗ ਹੈ ਜੀ, ਜਾਂ ਤਾਂ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਬਿਮਾਰੀ ਦੇ ਜੀ ਖਿਲਾਫ਼ ਹੈ, ਅਸੀਂ ਨਾਲ ਹੈ, ਬਹੁਤ ਵੱਡੀ ਮਹਾਂਮਾਰੀ ਹੈ। ਜੇ ਫਿਰ 3 ਮਹੀਨੇ ਅਸੀਂ ਬੰਦ ਕੀਤਾ, ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਹੁਣ ਵੀ ਸਭ ਕੁਝ ਬੰਦ ਕਰਾ ਦਿਓ, ਟੋਟਲੀ ਲੋਕਡਾਊਨ ਕਰ ਦਿਓ। ਜਾਂ 7 ਦਿਨ ਸਭ ਨੂੰ ਕਹੋ, ਸਭ ਖੁੱਲ੍ਹਣ ਦਾ ਸਾਰੇ ਬਰਾਬਰ ਹਿੱਸੇਦਾਰ। ਸਰਕਾਰ ਜਿਹੜੀ ਹੈਗੀ ਹੈ ਨਾ, ਬਿਲਕੁਲ ਗਲਤ ਚੱਲ ਰਹੀ ਹੈ ਜੀ। ਕਦੀ ਕਹਿੰਦੀ ਹੈ ਇੱਧਰਲੇ ਪਾਸੇ ਬੰਦ ਕਰੋ, ਇੱਧਰਲੇ ਪਾਸੇ ਖੋਲ੍ਹੋ, ਇਹ ਚੀਜ਼ ਤਾਂ ਚੱਲਣ ਹੀ ਨਹੀਂ ਦੇਵਾਂਗੇ। ਦੁਕਾਨ ਮਾਰਕੀਟ ਬੰਦ ਹੋਊਗੀ ਤਾਂ ਇਕੱਠੀ ਹੋਊਗੀ, ਨਹੀਂ ਤਾਂ ਨਹੀਂ ਹੋਊਗੀ। ਇਹ ਰੂਲ ਤਾਂ ਬਿਲਕੁਲ ਹੀ ਗਲਤ ਪੈਂਦਾ, ਦੁਕਾਨਦਾਰੀਆਂ ਖਰਾਬ ਹੁੰਦੀਆਂ, ਸਾਰਾ ਕੁਛ ਗਲਤ ਹੁੰਦਾ। ਇੱਦਾਂ ਹੋਰ ਸਿਸਟਮ ਚੱਲਦਾ ਕਿ 2 ਮਨਿਆਰੀ ਦੁਕਾਨਾਂ ਖੁੱਲੂਗੀਆਂ, 2 ਬੰਦ ਹੋਊਗੀਆਂ। ਇਹ ਸਿਸਟਮ ਗਲਤ ਹੈਗਾ। ਫਿਰ ਅਗਰ ਕਰਨਾ ਤਾਂ ਠੇਕੇ ਵੀ ਬੰਦ ਕਰੋ, ਸਾਰਾ ਕੁਛ ਬੰਦ ਕਰੋ। ਇਹ ਕੀ ਹੋਇਆ ਕਿ ਮਤਲਬ ਕਿ ਆਪਾਂ ਕਹਿੰਦੇ ਹਾਂ ਕਿ ਇੱਧਰਲਾ ਪਾਸਾ ਬੰਦ ਹੈ, ਇੱਧਰਲਾ ਪਾਸਾ ਖੁੱਲ੍ਹਾ ਹੈ, ਇਹ ਕੰਮ ਗਲਤ ਹੈ, ਇਹਦੀ ਤੇਲਾਂ ਦੇਵਾਂਗੇ ਆਪਾਂ। ਜੋ ਮਰਜ਼ੀ ਪੰਜਾਬ ਪੁਲਿਸ ਕਰੇ, ਆਪਾਂ ਦੁਕਾਨ ਖੋਲ੍ਹਾਂਗੇ ਹੀ ਖੋਲ੍ਹਾਂਗੇ। ਜੋ ਮਰਜ਼ੀ ਕਰੇ, ਆਪਾਂ ਦੁਕਾਨ ਖੋਲ੍ਹਾਂਗੇ ਹੀ ਖੋਲ੍ਹਾਂਗੇ। ਇਹ ਚੀਜ਼ 'ਤੇ ਆਪਾਂ ਬਿਲਕੁਲ ਵੀ ਵਿਰੁੱਧ ਚੱਲਾਂਗੇ। ਧੱਕੇਸ਼ਾਹੀ ਬੰਦ ਕਰੋ, ਧੱਕੇਸ਼ਾਹੀ ਬੰਦ ਕਰੋ, ਧੱਕੇਸ਼ਾਹੀ ਬੰਦ ਕਰੋ, ਨਹੀਂ ਚੱਲਣ ਦੇਗੇ, ਨਹੀਂ ਚੱਲਣ ਦੇਗੇ। ਇੱਕ ਗੱਲ ਦਾ ਮੈਨੂੰ ਇਹ ਜਵਾਬ ਚਾਹੀਦਾ ਵਾ, ਅਸੀਂ ਕਿਰਾਏ 'ਤੇ ਬੈਠੇ ਦੁਕਾਨਦਾਰ, ਸਾਨੂੰ ਕਿਰਾਇਆ ਦੇਣਾ ਪੈਂਦਾ, ਸਾਨੂੰ ਪਤਾ ਅਸੀਂ ਕਿੱਦਾਂ ਬਹਿੰਦੇ ਹਾਂ। ਕੰਮ ਉੱਤੋਂ ਨਹੀਂ ਹੈਗੇ, ਉੱਤੋਂ ਇਹ 2 ਸ਼ਨੀਵਾਰ ਬੰਦ ਕੀਤਾ, ਐਤਵਾਰ ਬੰਦ ਕੀਤਾ, ਸਾਥ ਦਿੱਤਾ, ਸੋਮਵਾਰ 'ਚ ਫਿਰ ਬੰਦ। ਚਲੋ ਜੀ ਆਏ, ਧੂਫ ਬੱਤੀ ਜਗਾਈ, ਚਲੋ ਬੰਦ। ਕੀ ਕਰ ਲਾਂਗੇ ਇੱਥੇ? ਅਸੀਂ ਠੇਕੇ ਖੁੱਲ੍ਹੇ ਰਹਿੰਦੇ ਸਾਰਾ ਦਿਨ, ਅਸੀਂ ਕਿੱਥੋਂ ਕਮਾਈ ਕਰਾਂਗੇ? ਪੈਸੇ ਦੇਣੇ ਕਿੱਥੋਂ ਦੇਵਾਂਗੇ? ਕਿਰਾਏ ਦੇਣੇ ਕਿੱਥੋਂ ਦੇਵਾਂਗੇ? ਦੇਖਿਆ ਜਾਵੇ ਤਾਂ 2 ਨੰਬਰ 'ਚ ਸਾਰੀਆਂ ਦੁਕਾਨਾਂ ਖੁੱਲ੍ਹਦੀਆਂ ਹੈ, ਤਾਂ ਬੰਦ ਕਰਾਉਣਾ, ਲੋਕਡਾਊਨ ਪੂਰਾ ਬੰਦ ਕਰਾਓ ਕਿ ਕੋਈ ਘਰੋਂ ਬਾਹਰ ਨਾ ਨਿਕਲੇ। ਫਿਰ ਤਾਂ ਬੰਦਾ ਸਰਕਾਰ ਕਹਿੰਦਾ ਵੀ ਹੈ ਕਿ ਕਰੋਨਾ ਖਤਮ ਕਰਨਾ ਚਾਹੁੰਦਾ, ਜਦ ਘਰੋਂ ਹੀ ਸਾਰੇ ਆਉਂਦੇ ਪਏ ਆ, ਜਾਂਦੇ ਪਏ ਆ, ਉਹ ਕਾਹਦਾ ਕਰੋਨਾ ਬੰਦ ਹੋਇਆ? ਕੁਛ ਵੀ ਨਹੀਂ ਬੰਦ ਹੋਣਾ, ਇਹ ਤਾਂ ਸਭ ਕੁਛ ਚੱਲਣਾ। ਜਾਂ ਤਾਂ ਸਾਰਾ ਬੰਦ ਕਰਾਉਣ, ਪ੍ਰੋਪਰ 3 ਮਹੀਨੇ ਆਪਾਂ ਸਾਹ ਲਿਆ ਹੀ ਸੀ ਨਾ ਘਰੇ ਬਹਿ ਕੇ, ਇੱਦਾਂ ਅਸੀਂ ਫਿਰ ਲੈ ਸਕਦੇ ਹਾਂ, ਪਰ ਬੰਦ ਪ੍ਰੋਪਰ ਸਾਰਾ ਕੀਤਾ ਜਾਵੇ, ਇਹ ਸਰਕਾਰ ਨੂੰ ਸੋਚਣਾ ਚਾਹੀਦਾ। ਬੁਲੰਦ ਟੀਵੀ ਲਈ ਲੁਧਿਆਣਾ ਤੋਂ ਪਵਨ ਸੈਣੀ ਦੀ ਰਿਪੋਰਟ।